ਇਹ ਸਰ ਜਿਹੜੀ ਆ ਇਹ ਥੜਿਆਂ ਦੀ ਕੰਪਲੇਂਟ ਆਈ ਸੀਗੀ ਲੋਕਾਂ ਨੇ ਜਿਹੜੇ ਆ ਸੜਕ ਉੱਤੇ ਥੜੇ ਬਹੁਤ ਜ਼ਿਆਦਾ ਵਧਾ ਲਏ ਆ ਅਤੇ ਸੜਕਾਂ ਜਿਹੜੀਆਂ ਬਹੁਤ ਉੱਚੀਆਂ ਸੜਕ ਜਿਹੜੀ ਵਾਰ ਵਾਰ ਟੁੱਟ ਜਾਂਦੀ ਹੈ ਪਾਣੀ ਖੜਾ ਹੋ ਜਾਂਦਾ ਲੋਕਾਂ ਨੂੰ ਪ੍ਰੋਬਲਮ ਬਹੁਤ ਆਉਂਦੀ ਹੈ ਲੋਕਾਂ ਦੇ ਘਰਾਂ 'ਚ ਪਾਣੀ ਵੜ ਜਾਂਦਾ ਇਸ ਕਰਕੇ ਜਿਹੜੀ ਆ ਸ਼ਿਕਾਇਤਾਂ ਆਈਆਂ ਸੀਗੀਆਂ ਇਹ ਸ਼ਿਕਾਇਤ ਦਾ ਨਿਪਟਾਰਾ ਕਰਨ ਲਈ ਅਸੀਂ ਅੱਜ ਉੱਥੇ ਜਿਹੜੀ ਆ ਥੜੇ ਢਾਏ ਨੇ ਜੇ ਸੀ ਪੀ ਦੇ ਨਾਲ ਥੜੇ ਢਾਉਣ ਥੜੇ ਢਾਉਂਦਿਆਂ ਲੋਕਾਂ ਨੇ ਸਾਡੇ ਨਾਲ ਜਿਹੜੇ ਹੱਥੋਂ ਪਾਈ ਕਰਨ ਦੀ ਕੋਸ਼ਿਸ਼ ਕੀਤੀ ਹੈ ਜੋ ਕਿ ਇਹ ਸਰਾਸਰ ਗਲਤ ਸੀ ਜਿੱਥੋਂ ਤੱਕ ਨੋਟਿਸ ਦਾ ਸਵਾਲ ਆ ਨੋਟਿਸ ਕਿਸੇ ਦਾ ਕਿਸੇ ਦੇ ਪਰਮਿਸ਼ਨ ਦੇ ਅੰਦਰ ਦਿੱਤਾ ਜਾ ਸਕਦਾ ਸੜਕ ਦਾ ਕੋਈ ਨੋਟਿਸ ਨਹੀਂ ਕਿਉਂਕਿ ਸੜਕਾਂ ਜਿਹੜੀਆਂ ਨੇ ਉਹ ਨਾਲ ਨਾਲ ਪਹੁੰਚਦੀਆਂ ਨੇ ਹਾਂਜੀ ਕਿੰਨੇ ਕਿੰਨੇ ਜਾਏ ਕਬਜ਼ੇ ਜਿਹੜੇ ਹਟਾ ਦਿੱਤੇ ਗਏ ਜਿਹੜੇ ਤੋੜ ਦਿੱਤੇ ਗਏ ਥੜੀਆਂ ਵਗੈਰਾ ਅੱਜ ਜਿਹੜੇ ਅੱਜ ਨਜਾਇਜ਼ ਕਬਜ਼ੇ ਜਿਹੜੇ ਆ 10 ਤੋਂ 12 ਰਿਮੂਵ ਕਰ ਦਿੱਤੇ ਗਏ ਨੇ ਲੇਕਿਨ ਇਹ ਕਾਰਵਾਈ ਚੱਲਦੀ ਰਹੇਗੀ ਇਹਦੇ ਵਿੱਚ ਕੋਈ ਵੀ ਜਿਹੜਾ ਕਿਸੇ ਤਰ੍ਹਾਂ ਦਾ ਜਿਹੜਾ ਵਾ ਆਪਣੇ ਖੜਿਆਂ ਦਾ ਨਜਾਇਜ਼ ਕਬਜ਼ਾ ਜਿਹੜਾ ਬਰਦਾਸ਼ਤ ਨਹੀਂ ਕੀਤਾ ਜਾਏਗਾ ਵੱਧ ਤੋਂ ਵੱਧ ਲੋਕਾਂ ਨੂੰ ਮੇਰੀ ਬੇਨਤੀ ਸ਼ਹਿਰ ਵਾਸੀਆਂ ਨੂੰ 1.5 ਫੁੱਟ ਤੋਂ ਵੱਧ ਜਿਹੜੀ ਕਵਰੇਜ ਲਾਉਣੀ ਹੋਵੇ ਕਰ ਦਿਓ ਜਿਹਨਾਂ ਲੋਕਾਂ ਵੱਲੋਂ ਤੁਹਾਡੇ ਨਾਲ ਕੰਮ ਵਿੱਚ ਦਖਲਅੰਦਾਜ਼ੀ ਕੀਤੀ ਕਿ ਰੋਕਿਆ ਗਿਆ ਉਹਨਾਂ ਖਿਲਾਫ਼ ਕੀ ਉਹਨਾਂ ਖਿਲਾਫ਼ ਅਸੀਂ FIR ਦਰਜ ਕਰਾਉਣ ਲਈ SSP ਸਾਹਿਬ ਨੂੰ ਲਿਖ ਦਿੱਤਾ ਬਕਾਇਦਾ ਉਹਨਾਂ 'ਤੇ ਪਰਚਾ ਹੋਏਗਾ ਕਾਨੂੰਨੀ ਕਾਰਵਾਈ ਹੋਈ ਅੱਗੇ ਮੇਰੇ ਹੱਥੀਂ ਵੀ ਪਏ ਨੇ ਅਤੇ ਜੇ ਮੈਨੂੰ ਤਾਂ ਇੱਕ ਮੀਟਿੰਗ ਸੀਗੀ ਉਹਦੇ ਕਦੇ ਕਾਹਲੀ ਸੀਗੀ ਨਹੀਂ ਤਾਂ ਮੈਂ ਤਾਂ ਪਰਚਾ ਦਰਜ ਕਰਵਾ ਕੇ ਫਿਰ ਹੀ ਜਾਵਾਂਗੀ ਅਤੇ ਅੱਗੋਂ ਵੀ ਇਸੇ ਤਰ੍ਹਾਂ ਨਜਾਇਜ਼ ਕਬਜ਼ੇ ਇਸੇ ਤਰ੍ਹਾਂ ਹੀ ਕੰਮ ਚੱਲਦਾ ਰਹੇਗਾ ਜੀ ਇੱਦਾਂ ਹੀ ਤ੍ਰਿਮੋ ਰੋਡ 'ਤੇ ਵੀ ਲੋਕਾਂ ਨੇ ਬਹੁਤ ਜ਼ਿਆਦਾ ਨਜਾਇਜ਼ ਕਬਜ਼ੇ ਕੀਤੇ ਨੇ ਮੇਨ ਜਿਹੜੀ ਆਪਣੇ ਸਦਰ ਬਾਜ਼ਾਰ ਮੈਂ ਸ਼ਹਿਰ ਵਾਸੀਆਂ ਨੂੰ ਇਹੋ ਬੇਨਤੀ ਕਰਨਾ ਵਾਰ ਵਾਰ ਕਿ ਤੁਸੀਂ ਜਿਹੜਾ ਵਾ ਨਜਾਇਜ਼ ਕਬਜ਼ੇ ਜਿਹੜੇ ਆ ਸੜਕਾਂ ਨਾ ਵੱਲੋ ਟ੍ਰੈਫਿਕ ਨੂੰ ਸੁਚਾਰੂ ਢੰਗ 'ਤੇ ਚੱਲਣ ਦਿਓ ਕਿਉਂਕਿ ਸ਼ਹਿਰ ਵਿੱਚ ਜਾਮ ਬਹੁਤ ਲੱਗ ਰਿਹਾ ਵਾਰ ਵਾਰ ਜਾਮ ਲੱਗਦਾ ਅਤੇ ਵਾਰ ਰੋਜ਼ ਐਕਸੀਡੈਂਟ ਹੋ ਰਹੇ ਇਹ ਲੋਕਾਂ ਦੀ ਸਹੂਲਤ ਲਈ ਮੇਰੀ ਸ਼ਹਿਰ ਵਾਸੀਆਂ ਨੂੰ ਪੁਰਜ਼ੋਰ ਬੇਨਤੀ ਹੈ